हाँ जी साबका मुख्यमंत्री चरणजीत चन्नी जी जो ईडी ने समन किया, मैं समझदा कि ये जांच एजेंसियां अपना काम कर रही ने, इन्हां ते शंके नहीं करने चाहिए। इन्हां दी जदों तक पूरे परिपक्वता नाल इन्हां कोल हाथ च कोई सबूत ना हो उदों तक इहो जिहे व्यक्तियों नूं जिहड़े बहुत महत्वपूर्ण पदों ते जिम्मेदारी निभा रहे हो वह बुलाउंदे नहीं हैगे। ते चन्नी जी नूं जांच च सहयोग करना चाहिए, और जे कुछ गलत हुंदा तां उह मैं समझदा कि मुख्यमंत्री दी जिम्मेदारी ते रह के कोई गलत करना होर बहुत बड़ी गलती है। ते इन्हां नूं लोकां नूं शंके ना प्रगट करन, ਸਾਡੇ ਪੋਲੀਟੀਸ਼ੀਅਨਸ ਨੂੰ ਆਦਤ ਪੈ ਗਈ ਹੈ ਕਿ ਉਹ ਕੇਂਦਰ ਦੀ ਤਰਫ ਨਿਸ਼ਾਨਾ ਕਰਨਾ ਸ਼ੁਰੂ ਕਰ ਦਿੰਦੇ ਆ। ਹੁਣ ਚੰਨੀ ਜੀ ਦੋਨੋਂ ਸੀਟਾਂ ਹਾਰ ਚੁੱਕੇ ਆ, ਕਾਂਗਰਸ ਚੁਣਾਵ ਹਾਰ ਚੁੱਕੀ ਆ, ਅਤੇ ਪੋਲੀਟੀਕਲ ਵੈਂਡੇਟਾ ਕਿਉਂ ਕਰਨਗੇ, ਕਿਉਂ ਰਾਜਨੀਤਿਕ ਕੋਈ ਕਾਰਵਾਈ ਹੋਏਗੀ, ਉਹਦਾ ਕੋਈ ਫਾਇਦਾ ਨਹੀਂ ਕਿਸੇ ਨੂੰ। ਇਸ ਲਈ ਮੈਂ ਇਹ ਸਮਝਦਾ ਕਿ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਦੇ ਰਿਸ਼ਤੇਦਾਰ ਨੇ ਡਿਸਕਲੋਜ਼ਰ ਦਿੱਤੇ ਨੇ, ਕਲੋਜ਼ ਰਿਲੇਟਿਵ ਆ, ਉਹ ਡਿਸਕਲੋਜ਼ਰ 'ਤੇ ਉਹਨਾਂ ਤੋਂ ਪੁੱਛਤਾਛ ਹੋਣੀ ਹੈ, ਉਹ ਸਾਹਮਣੇ ਆ ਜਾਏਗਾ। ਜੇ ਸਬੂਤ ਹੋਣਗੇ ਠੋਸ ਸਬੂਤਾਂ ਦੇ ਆਧਾਰ 'ਤੇ ਕੋਈ ਅੱਗੇ ਕਾਨੂੰਨੀ ਕਾਰਵਾਈ ਹੋਏਗੀ, ਜੇ ਇਹਨਾਂ ਦਾ ਕੋਈ ਗਲਤ ਨਹੀਂ ਹੋਏਗਾ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਏਗਾ। ਇਸ ਕਰਕੇ ਮੈਂ ਪੰਜਾਬ ਦੇ ਪੋਲੀਟੀਸ਼ੀਅਨ ਨੂੰ ਵੀ ਪ੍ਰਾਰਥਨਾ ਕਰਦਾ ਕਿ ਬਿਨਾਂ ਗੱਲਬਾਤ ਤੋਂ ਇਮੈਚਿਓਰਿਟੀ ਨਾਲ ਕੋਈ ਨੁਕਤਾਚੀਨੀ ਨਾ ਕਰਿਆ ਕਰਨ। ਇਹ ਜਾਂਚ ਏਜੰਸੀਆਂ ਦੀ ਵੀ ਮਰਿਆਦਾ ਦਾ ਸਵਾਲ ਹੈ ਅਤੇ ਉਹਦਾ ਪਾਲਣ ਕਰਨ। ਧੰਨਵਾਦ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ, ਪੰਜਾਬੀ ਸਾਡੀਆਂ ਬਾਵਾਂ, ABP ਸਾਂਝਾ। ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1939 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।